ਆਸ਼ੀਰਵਾਦ ਦੇਣ ਵਾਸਤੇ ਆਏ ਸੀ, ਇਹਨਾਂ ਦੇ ਆਸ਼ੀਰਵਾਦ
ਜਨਰਲ ਮਾਸਟਰ ਜਸਵਿੰਦਰ ਸਿੰਘ ਸਿੰਧੀ ਵਨੀਲਾ ਵਾਲੇ, ਉਹਨਾਂ ਦੇ ਪਰਿਵਾਰ ਦਾ ਕੋਈ ਵੀ ਮੈਂਬਰ, ਜੰਗ ਸਿੰਘ ਦੀ ਔਲਖ, ਸਵਰਗ ਸਰਦਾਰ ਆਨੰਦ ਸਿੰਘ ਮਿਸਤਰੀ, ਸਰਦਾਰ ਗੁਰਚਰਨ ਸਿੰਘ, ਗੁਰਦੇਵ ਸਿੰਘ ਤਾਲੇਕੇ। ਪਿਆਉਂਦੇ ਖੜਿਆ ਕੁੱਟ ਨਹੀਂ ਦਿੱਤਾ।
ਤੂੰ ਜਹਾਨ ਅੰਦਰ ਪੱਟ ਕੱਟ ਜਾ ਕੱਟ ਦੀਆਂ ਨਾਲ ਪਰ ਉਹਨਾਂ ਨੇ ਇਲਾਮਾ ਤਾਂ ਜਾਇਜ਼ ਹੀ ਦਿੱਤਾ ਹੈ ਤੇ ਕਲੱਬ ਵਾਲਿਆਂ ਕੋਲੋਂ ਜੋ ਰਾਸ਼ੀ ਭੇਜੀ ਗਈ ਸੀ ਪਿਛਲੇ ਸਾਲ 50,000 ਰੁਪਏ ਦੀ।